ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਸਪੌਸਲ ਅਪੋਨਟ ਐਪਲੀਕੇਸ਼ਨਸ ਨੇ ਜ਼ਿਆਦਾਤਰ ਜਿਹੜੀ ਮੈਨੂੰ ਕੁਐਸਚਨ ਦੇਖਣ ਨੂੰ ਮਿਲਦੇ ਨੇ ਕਿ ਸਾਡੇ ਰਿਜ਼ਲਟ ਨੇ ਸਾਨੂੰ ਕਦੋਂ ਤੱਕ ਦੇਖਣ ਨੂੰ ਮਿਲਣਗੇ ਸਾਡੇ ਇਸ ਮੰਥ ਦੀ ਐਪਲੀਕੇਸ਼ਨ ਲੱਗਿਆ ਸਾਨੂੰ ਰਿਜ਼ਲਟ ਨੇ ਦੇਖਣ ਨੂੰ ਮਿਲੇ ਹੈਗੇ ਸਾਡੇ ਤੋਂ ਜਿਹੜੀਆਂ ਬਾਅਦ ਚੋਂ ਐਪਲੀਕੇਸ਼ਨ ਲੱਗੀਆਂ ਸੀ ਉਹਨਾਂ ਦੇ ਰਿਜ਼ਲਟ ਦੇਖਣ ਨੂੰ ਮਿਲ ਗਏ ਬਟ ਸਾਡੀਆਂ ਜਿਹੜੀਆਂ 올ਡ ਐਪਲੀਕੇਸ਼ਨਸ ਨੇ ਸਾਨੂੰ ਰਿਜ਼ਲਟ ਨਹੀਂ ਦੇਖਣ ਨੂੰ ਮਿਲੇ ਹੈਗੇ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਡੇ ਸਾਰਿਆਂ ਵਾਸਤੇ ਜਿਹੜੀ ਇੱਕ ਗੁੱਡ ਨਿਊਜ਼ ਲੈ ਕੇ ਆਇਆਗਾ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਖੁਸ਼ ਕਰਕੇ ਤੋੜੂੰਗਾ ਨਾ ਤਾਂ ਸਾਨੂੰ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਅੰਤ ਤੱਕ ਜੂੜ ਦੇਖ ਲਿਓ ਵੀਡੀਓ ਸੋਡੀ ਇ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ 2022 ਦੀਆਂ ਐਪਲੀਕੇਸ਼ਨ ਦੇ ਬਹੁਤ ਜ਼ਿਆਦਾ ਰਿਜ਼ਲਟ ਆ ਰਹੇ ਨੇਗੇ ਉਹਦੇ ਵਿੱਚ ਲਾਸਟ ਵਿੱਚ ਗੱਲ ਕਰੂੰਗਾ ਬਟ ਉਸ ਤੋਂ ਪਹਿਲਾਂ ਆਪਾਂ 2020 2021 ਦੀਆਂ ਜਿਹੜੀਆਂ ਐਪਲੀਕੇਸ਼ਨਾਂ ਦੀ ਗੱਲ ਕਰਦੇ ਆਂ ਹੁਣ ਕਾਫੀ ਅਨੇ ਜਿਹੜੇ ਵੇਟ ਕਰ ਰਹੇ ਨੇ ਜਿਹਨੇ 2021 ਤੇ 2020 ਦੀਆਂ ਐਪਲੀਕੇਸ਼ਨ ਦੇ ਜਿਹੜੇ ਰਿਜ਼ਲਟ ਨਹੀਂ ਆਏ ਹੈਗੇ ਉਹਨਾਂ ਨੂੰ ਮੈਂ ਇੱਕ ਗੁੱਡ ਨਿਊਜ਼ ਦੇਣਾ ਚਾਹਣਾ 2020 ਦੀਆਂ ਐਪਲੀਕੇਸ਼ਨਸ ਨੂੰ ਉਹਨਾਂ ਦਾ ਰਿਜ਼ਲਟ ਮਿਲਨੇ ਸ਼ੁਰੂ ਹੋ ਚੁੱਕੇ ਨੇ ਮੈਡੀਕਲ ਰਿਕੁਐਸਟ ਜਿਹਨਾਂ ਨੂੰ ਡਾਕੂਮੈਂਟ ਦੀ ਰਿਕੁਐਸਟ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੀ ਹੈਗੇ ਉਹਨਾਂ ਦੇ ਤੇ ਜਲ ਦਰ ਜਲ ਜਿਹੜਾ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਤੇ ਜਿਹੜੀਆਂ ਵੀ ਥੋੜੀਆਂ ਬਹੁਤੀਆਂ ਐਪਲੀਕੇਸ਼ਨਸ ਰਹਿ ਗਈਆਂ ਉਹ ਲਗਭਗ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਕਲੀਅਰ ਹੋ ਜਾਣੀਆਂ 2020 ਦੀਆਂ ਤੇ ਉਸ ਦੇ ਨਾਲ 2021 ਜਿਹੜਾ ਹੈਗਾ ਉਹਨਾਂ ਦਾ ਰਿਸਪੌਂਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਜੋ ਕਿ ਇੱਕ ਸਾਡੇ ਸਾਰਿਆਂ ਲਈ ਜਿਹੜੀ ਗੁੱਡ ਨਿਊਜ਼ ਬਣ ਜਾਂਦੀ ਹੈਗੀ ਤਾਂ ਸਾਨੂੰ ਕਹੂੰਗਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ 2021 ਦੀਆਂ ਐਪਲੀਕੇਸ਼ਨ ਦੇ ਵੀ ਰਿਜ਼ਲਟ ਨੇ ਸਾਰੇ ਜਿਹੜੇ ਕੈਨੇਡੀਅਨ ਐਂਬੈਸੀ ਕਿਉਂਕਿ ਕੈਨੇਡੀਅਨ ਐਂਬੈਸੀ ਹੁਣ ਬੈਕਲੌਗ ਦੇ ਨਾਲ-ਨਾਲ ਹੈ ਜਿਹੜਾ ਉਹ ਨਿਊ ਐਪਲੀਕੇਸ਼ਨਸ ਵੀ ਪਿਕਅਪ ਕਰ ਰਹੀ ਹੈ ਤੇ ਬੈਕਲੌਗ ਨੂੰ ਵੀ ਜਿਹੜਾ ਜਲਦ ਤੋਂ ਜਲਦ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇੱਕ ਜਿਹੜਾ ਕੈਨੇਡੀਅਨ ਐਂਬੈਸੀ ਵਾਸਤੇ ਬਹੁਤ ਵੱਡਾ ਸਟਰਗਲ ਹੋ ਗਿਆ ਜਿਹੜਾ ਇੱਕ ਬੈਕਲੌਗ ਉਹਨ ਉਸ ਦਿਨਾਂ ਨਾਲ ਨੈਕਸਟ ਵੀਕ ਕਰ ਅਪ ਗੱਲ ਕਰ ਦਾਂਗੇ ਹੁਣ ਕਾਫੀ ਆਨੇ ਜਿਹੜੇ ਕਹਿੰਦੇ ਨੇ ਕਿ 2022 ਦੀ ਐਪਲੀਕੇਸ਼ਨ ਦਾ ਸਟੇਟਸ ਦੱਸੋ ਸਾਡੀ ਪਹਿਲਾਂ ਰਿਫਿਊਜ਼ਲ ਆ ਚੁੱਕੀ ਸੀ ਤੇ ਹੁਣ ਕੀ ਸਟੇਟਸ ਜਿਹੜਾ ਚੱਲ ਰਿਹਾ ਤੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ 2022 ਦੀ ਜਨਵਰੀ ਫਰਵਰੀ ਮਾਰਚ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਜ਼ਲਟ ਆ ਰਹੇ ਨੇ ਤੁਸੀਂ ਦੇ ਨਾਲ ਹੁਣ ਜਿਹੜਾ ਹੈਗਾ April ਮਨਥ ਵੀ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਉਹਨਾਂ ਦੇ ਰਿਸਪੌਂਸ ਨੇ ਜਿਹੜੇ ਮਿਲਣੇ ਸ਼ੁਰੂ ਹੋ ਚੁੱਕੇ ਨੇਗੇ ਉਸ ਦਿਨ ਸਾਡੇ ਨੌਨ ਦੇ ਵਿੱਚ ਨਾ ਹੋਰ ਕਾਫੀ ਜਿਹੜੇ ਮੈਂ ਰਿਜ਼ਲਟ ਦੇਖੇ ਨੇਗੇ ਤਾਂ ਮਈ ਮਹੀਨੇ ਦੇ ਵੀ ਜਿਹੜੇ ਰਿਜ਼ਲਟ ਮਿਲਨੇ ਸ਼ੁਰੂ ਹੋ ਚੁੱਕੇ ਨੇ ਜੋ ਕਿ ਲਗਭਗ ਉਹਨਾਂ ਨੂੰ 2 ਤੋਂ 2.5 ਮਹੀਨੇ ਦੇ ਵਿੱਚ ਉਹਨਾਂ ਦਾ ਰਿਸਪਾਂਸ ਦੇਖਣ ਨੂੰ ਮਿਲ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹਦੀ ਚੰਗੀ ਕਿਸਮਤ ਹੋ ਉਹਨਾਂ ਨੂੰ ਇੰਨੀ ਜਲਦੀ ਜਿਹੜੇ ਹੈਗੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ ਜਿਹੜੀ ਵੀ ਜਾਣੇ ਆਪਣੀ ਵੇਟ ਕਰ ਰਹੇ ਜੋ ਜਨਵਰੀ ਫਰਵਰੀ ਮਾਰਚ ਵਾਲੇ ਨੇ ਤੇ ਉਹ ਤਾਂ ਪਲੀਜ਼ ਆਪਣੀ ਜਿਹੜੀ ਜੀਸੀਜੀ ਜੋ ਓਪਨ ਕਰਕੇ ਰੱਖਿਆ ਕਰੋ ਉਹਨਾਂ ਦਾ ਦੇਖਿਆ ਕਰੋ ਕਿ ਤੁਹਾਡਾ ਰਿਜ਼ਲਟ ਕਦੋਂ ਵੀ ਜਿਹੜਾ ਹੈਗਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਉਵੇਂ ਹੀ 2020 ਪਉਂਦੀ ਐਪਲੀਕੇਸ਼ਨਸ ਨੂੰ ਕਹੂੰਗਾ ਕਿ ਬਹੁਤ ਵਧੀਆ ਟਰੈਂਡ ਚੱਲ ਰਿਹਾ ਹੈ ਬਹੁਤ ਜਿਹੜਾ ਹੈਗਾ ਪੋਜ਼ਿਟਿਵ ਟਰੈਂਡ ਚੱਲ ਰਿਹਾ ਹੈ ਨਿਊ ਐਪਲੀਕੇਸ਼ਨ ਲੱਗਦੀਆਂ ਨੇ ਰਿਫਿਊਜ਼ਲ ਤੋਂ ਬਾਅਦ ਐਪਲੀਕੇਸ਼ਨ ਲੱਗਦੀ ਹੈਗੀ ਤਾਂ ਉਸ ਦੇ ਜਿਹੜੇ ਹੈਗੇ ਨੇ ਰਿਜ਼ਲਟ 100% ਜਿਹੜੇ ਦੇਖਣ ਨੂੰ ਮਿਲ ਰਹੇ ਨੇਗੇ ਹਾਂ ਕੁਝ ਰਿਫਿਊਜ਼ਲਸ ਵੀ ਹੈਗੇ ਨੇ ਬਟ ਐਡੀ ਵੱਡੀ ਗਿਣਤੀ ਨਹੀਂ ਹੈਗੀ ਕਿ ਹਾਂਜੀ ਆਪਣੇ ਲਈ ਰਿਫਿਊਜ਼ਲ ਜ਼ਿਆਦਾ ਸ਼ੇਅਰ ਹੋਣ ਬਟ ਜੇਕਰ ਆਪਣੇ ਲਈ ਮੈਂ ਆਪਣੇ ਰਿਜ਼ਲਟ ਦੇਖਦਾਗਾ ਤਾਂ ਮੇਰੇ ਲਈ ਪੋਜ਼ਿਟਿਵ ਰਿਜ਼ਲਟ ਜਿਹੜੇ ਜ਼ਿਆਦਾ ਸ਼ੇਅਰ ਹੁੰਦੇ ਨੇ ਤੇ 네ਗੇਟਿਵ ਰਿਜ਼ਲਟ ਮੇਰੇ ਲਈ ਬਹੁਤ ਘੱਟ ਜ ਜਿਨ੍ਹਾਂ ਨੇ ਵੀ ਹਲੇ ਰੀਸੈਂਟਲੀ ਅਪਲੀਕੇਸ਼ਨਸ ਅਪਲਾਈ ਕੀਤੀਆਂ ਨੇਗੇ ਆ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਜੂਨ ਜੁਲਾਈ ਅਗਸਤ ਦੇ ਵਿੱਚ ਜਿਹੜੀਆਂ ਅਪਲੀਕੇਸ਼ਨਸ ਅਪਲਾਈ ਹੋਣਗੀਆਂ ਜਾਂ ਅਪਲਾਈ ਹੋ ਚੁੱਕੀਆਂ ਨੇਗੀਆਂ ਤਾਂ ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਤੁਹਾਨੂੰ ਥੋੜਾ ਜਿਹਾ ਵੇਟ ਕਰਨ ਦੀ ਜ਼ਰੂਰਤ ਹੈਗੀ ਆ ਮੇਰੇ ਸਾਬ ਨਾਲ ਸਤੰਬਰ ਦਾ ਮੰਥ ਵੇਟ ਕਰਨਾ ਪੈ ਸਕਦਾ ਹੈ ਸਤੰਬਰ ਤੋਂ ਬਾਅਦ ਤੁਹਾਡੇ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਨੇ ਕੰਟੀਨਿਊ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸਤੰਬਰ ਦੇ ਲਾਸਟ ਦੇ ਵਿੱਚ ਲੇਕਿਨ ਸੋਨੂੰ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਨੇ ਨਹੀਂ ਜੇ ਸਤੰਬਰ ਦੇ ਵਿੱਚ ਨਹੀਂ ਮਿਲੇ ਤਾਂ ਅਕਤੂਬਰ ਦੇ ਵਿੱਚ ਡੈਫੀਨੇਟਲੀ ਹੈਗੇ ਇਹਨਾਂ ਅਪ ਸਟੂਡੈਂਟਸ ਦਾ ਇਨਟੇਕ ਜਿਹੜਾ ਖਤਮ ਹੋ ਜੂਗਾ ਤਾਂ ਉਸ ਤੋਂ ਬਾਅਦ ਪੂਰੇ ਪੂਰੇ ਚਾਂਸਸ ਰਹਿਣਗੇ ਕਿ ਜਿਹੜਾ ਹੈਗਾ ਨਾ ਰਿਜ਼ਲਟ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਮੂਰੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਆਪਣੇ ਸਾਰਿਆਂ ਲਈ ਬਹੁਤ ਵੱਡੀ ਗੁੱਡ ਨਿਊਜ਼ ਬਣ ਜਾਂਦੀ ਹੈਗੀ ਤਾਂ ਸੋਟਰਾ ਇਹ ਇੱਕ ਗੁੱਡ ਨਿਊਜ਼ ਸ਼ੇਅਰ ਕਰਨੀ ਸੀ ਜੇਕਰ ਤੁਹਾਨੂੰ ਵੀਡੀਓ ਦੇ ਲੱਗੀ ਤਾਂ ਬੜੀ ਜਰੂਰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਸਿਰਫ ਇਨਾ ਓਕੇ ਜੀ ਥੈਂਕ ਯੂ